ਅਸਲਾਮ ਵਾਲੇਕੁਮ ਵੀਰਾ, ਕੀ ਹਾਲ ਯਾਰ? ਨਾ ਸਾਡੇ ਬਾਈ ਕਮੈਂਟ ਕਰਦੇ ਨੇ ਕਿ ਯਾਰ ਤੁਸੀਂ ਇੱਕ ਤਾਂ ਪਚਾਕਾ ਜਿਹਾ ਬਣਾਉਂਦੇ ਹੋ ਪਾਣੀ ਵਾਲਾ, ਹੋਰ ਕੀ ਮਾਲ ਨੂੰ ਪਾਉਂਦੇ ਹੋ? ਯਾਰ ਅਸੀਂ ਯਾਰ ਨਾ ਤੂੜੀ ਪਾ ਕੇ, ਤੂੜੀ ਪਾ ਕੇ ਲਈ ਉੱਤੇ ਪਾਣੀ, ਉੱਤੇ ਪਾਣੀ ਤਰੋ ਕੇ ਤੂੜੀ ਨੂੰ ਬਿਲਕੁਲ ਨਰਮ ਕਰ ਦੇਣਾ। ਫਿਰ ਵੈਸਾ ਤਾਂ ਹੁਣ ਵੰਡਾ ਬੰਦਾ ਪਾ ਰਿਹਾ, ਵੰਡਾ ਇੱਦਾਂ ਪਾ ਦੇਣਾ, ਵੰਡਾ ਪੂਰੇ ਵੰਡੇ ਉੱਤੇ ਨਾ, ਪੂਰੀ ਤੂੜੀ ਉੱਤੇ, ਪੂਰੀ ਤੂੜੀ 'ਤੇ ਐਂ ਰਲਾ ਦੇਣਾ ਵੇ, ਮਤਲਬ ਉੱਤੇ ਪਾ ਕੇ ਫਿਰ ਉੱਤੇ ਪਾਣੀ ਪਾਉਣ ਡਿਆ ਬੰਦਾ, ਇੱਦਾਂ ਰਲਾ ਦੇਣਾ ਵੇ। ਅਤੇ ਫਿਰ ਬਾਅਦ 'ਚ ਜਿਹੜੇ ਆ ਨਾ, ਆ ਵੇਖੋ ਬੰਦਾ ਉਹਨੇ ਹੁਣ ਤੂੜੀ ਪਾ ਦਿੱਤੀ ਹੈ, ਤੂੜੀ ਦੁਬਾਰਾ ਪਾਣੀ ਹੈ, ਫਿਰ ਦੁਬਾਰਾ ਮਤਲਬ ਤੁਹਾਡੇ ਮਾਲ 'ਤੇ ਡਿਪੈਂਡ ਕਰਦੇ, ਤੁਹਾਡਾ ਮਾਲ ਜਿੰਨਾ ਵੀ ਹੈ ਨਾ, ਤਾਂ ਜਿੰਨਾ ਵੀ ਆ ਉਹਦੇ ਹਿਸਾਬ ਨਾਲ ਡਿਪੈਂਡ ਕਰਦੇ ਤੁਸੀਂ ਕਿੰਨਾ ਕੁ ਬਣਾਉਣਾ ਵਾ। ਅਤੇ ਵੇਖ ਲਓ ਹੁਣ ਤੂੜੀ ਪਾ ਦਿੱਤੀ ਆ ਉਹਨੇ, ਫਿਰ ਹੁਣ ਪਾਣੀ ਨਾਲ ਨਾ ਇਹਨੂੰ ਤੂੜੀ ਨੂੰ ਨਰਮ ਕਰਨਾ ਵਾ, ਨਰਮ ਕਰਕੇ ਅਤੇ ਫਿਰ ਇਹ ਉੱਤੇ ਪਾਉਣਾ ਵਾ ਹੋਰ ਵੰਡਾ, ਵੰਡਾ ਉਹ ਪਾਉਣਾ ਵਾ। ਵੇਖੋ ਹੁਣ ਵੰਡਾ ਵੀ ਪਾਉਣ ਲੱਗ ਪਿਆ ਵੇ, ਵੇਖੋ ਹੁਣ ਵੰਡਾ ਪਾ ਰਿਹਾ ਨਾ। ਹੁਣ ਉੱਤੇ ਪਾਣੀ ਪਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੇ ਪੈਰ ਮਾਰ ਦੇਣਾ, ਇੱਕ ਵਾਰੀ ਇਹ ਮਿਕਸ ਹੋ ਜਾਣ, ਚੰਗੀ ਤਰ੍ਹਾਂ ਮਿਕਸ ਹੋ ਜਾਣ। ਇਹ ਮਿਕਸ ਜਦੋਂ ਹੋ ਜਾਣਗੇ ਨਾ, ਫਿਰ ਐਂ ਤੂੜੀ ਦੇ ਵਿੱਚ ਵੀ ਸਾਰਾ ਕੁਛ ਵਿੱਚ ਵੀ ਨਾ ਇਹਨਾਂ ਦਾ ਮਿਕਸ ਜਿਹੜਾ ਨਾ ਵੰਡਾ ਮਿਕਸ ਹੋ ਜਾਏਗਾ, ਜ਼ਾਇਕਾ ਹੋ ਜਾਏਗਾ ਸਾਰੇ ਸ਼ਹਿਰ ਵਿੱਚ। ਅਤੇ ਫਿਰ ਹੁਣ ਵੇਖ ਲਓ ਪੱਠੇ ਵੀ ਕੁਤਰਨੇ, ਪੱਠੇ ਵੀ ਇਹਨਾਂ ਨੂੰ ਕੁਤਰ ਕੇ ਉੱਤੇ ਪਾਉਣੇ ਆ, ਉੱਤੇ ਉਤਲੀ ਸਾਈਡ 'ਤੇ, ਅਤੇ ਉਤਲੀ ਸਾਈਡ 'ਤੇ ਪੱਠੇ ਪਾ ਕੇ ਨਾ, ਅਤੇ ਫਿਰ ਆ ਵੇਖੋ ਹੁਣ ਬੰਦਾ ਪੱਠੇ ਕੁਤਰੀ ਆਉਂਦਾ। ਤਦ ਮਤਲਬ ਜਿਹੜੇ ਪੱਠੇ ਵੀ ਆ, ਲੂਸਣ ਆ, ਬਾਜਰਾ ਵਾ, ਉਹ ਤੁਸੀਂ ਕੁਤਰ ਲਓ, ਕੁਤਰ ਕੇ ਇਹਦੇ ਉੱਤੇ ਪਾ ਦਿਉ ਚੰਗੀ ਤਰ੍ਹਾਂ ਉੱਤੇ, ਮਤਲਬ ਗਿੱਠ ਕੇ ਜਿੰਨੇ ਪੱਠੇ ਪਾ ਦਿਉ, ਮਤਲਬ ਤੁਹਾਡਾ ਜਿੰਨਾ ਤੁਹਾਡੇ ਕੋਲ ਜਿਹੜੀ ਸ਼ੈ ਜਿੰਨਾ ਮਾਲ ਹੈ ਨਾ, ਉਹਦੇ ਹਿਸਾਬ ਨਾਲ ਪੱਠੇ ਪਾਓ, ਉਹਦੇ ਹਿਸਾਬ ਨਾਲ ਵੰਡਾ ਬਣਾਓ। ਇਨਸ਼ਾਅੱਲਾ ਤੁਹਾਨੂੰ ਰਿਜ਼ਲਟ ਵੀ ਆਏਗਾ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬਹੁਤ ਫਾਇਦਾ ਹੋਏਗਾ, ਇਨਸ਼ਾਅੱਲਾ ਅਜ਼ਵਜਲ।